ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। ਅੱਜ ਦੀ ਜੋ ਵੀਡੀਓ ਆ ਮੋਗਾ ਟਰੈਕਟਰ ਮੰਡੀ ਦੀ ਆ, ਇਹ ਖਾਸ ਕਰਕੇ ਜੋ ਵੀਡੀਓ ਆ ਕਰਨੈਲ ਟਰੈਕਟਰਸ ਵਾਲਿਆਂ ਦੀ ਆ, ਕਿਉਂਕਿ ਕਈ ਕਮੈਂਟ ਆਏ ਸੀਗੇ ਕਰਨੈਲ ਟਰੈਕਟਰ ਵਾਲਿਆਂ ਕੋਲ। ਜਿਵੇਂ ਆਪਾਂ ਕਹਿ ਸਕਦੇ ਹਾਂ, ਮੋਗੇ ਦੇ ਬਹੁਤ ਹੀ ਤਕੜੇ ਡੀਲਰ ਆ ਜਿਨ੍ਹਾਂ ਕੋਲ, ਤੁਹਾਨੂੰ ਦਿਖਾਵਾਂਗੇ, ਹੋ ਸਕਦਾ ਵੀ 22-23 ਮਾਡਲ ਤੱਕ ਵੀ ਟਰੈਕਟਰ ਹੋਣ। ਹਰ ਨਵਾਂ ਮਾਡਲ, ਹਰ ਪੁਰਾਣਾ ਇਹਨਾਂ ਕੋਲੋਂ ਮਿਲ ਜਾਂਦਾ। ਸੋ ਤੁਸੀਂ ਕੈਮਰੇ 'ਚ ਦੇਖ ਸਕਦੇ ਹਾਂ, ਕਾਫੀ ਟਰੈਕਟਰ ਖੜ੍ਹੇ, ਉੱਚੇ ਮਾਡਲ ਜਿੰਨੇ ਵੀ ਟਰੈਕਟਰ ਆਏ ਉਹਨਾਂ ਦੀ ਵੀਡੀਓ ਅਸੀਂ ਤੁਹਾਡੇ ਨਾਲ ਕਰਦੇ ਹਾਂ ਸ਼ੇਅਰ। ਕਿਸੇ ਵੀ ਬਾਈ ਨੇ ਕੋਈ ਵੀ ਟਰੈਕਟਰ ਖਰੀਦਣਾ ਹੋਵੇ ਤਾਂ ਨੰਬਰ ਆਪਾਂ ਕਰਾਂਗੇ ਐਂਡ 'ਤੇ ਸ਼ੇਅਰ, ਅਤੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ। ਸਭ ਤੋਂ ਪਹਿਲਾਂ ਟਰੈਕਟਰ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ, ਮਿਹਰਾਲਾਂ ਦਾ ਸ਼ੋਅ ਲਈ ਕਣਕਾਂ, ਵੈਸੇ ਤਾਂ ਐਂਟਰ ਲੱਗਦਾ 95 ਮਾਡਲ ਆ, 1,10,000 ਰੁਪਈਆ ਡਿਮਾਂਡ ਆ। ਅਤੇ ਟਾਇਰ ਜਿਹੜੇ ਇਹਦੇ ਟਾਰਨ ਕੋਂਪਨੀ ਦੇ ਆ, 13 ਦੇ ਟਾਇਰ ਆ, ਅਤੇ ਫਰੰਟ ਦੇ ਟਾਇਰ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ, ਇਹਨਾਂ ਦੀ ਕੰਡੀਸ਼ਨ ਠੀਕ ਠਾਕ ਆ। ਮਾਡਲ 95,10,000 ਡਿਮਾਂਡ ਆ। ਉਸਦੇ ਨਾਲ ਆ ਗਿਆ ਅਰਜਨ 605, 2009 ਮਾਡਲ ਆ, 3,85,000 ਰੁਪਈਆ ਡਿਮਾਂਡ ਆ। ਪਾਵਰ ਸਟੇਅਰਿੰਗ, ਸਾਰੇ ਟਾਇਰ ਜਿਹੜੇ ਬਿਲਕੁਲ ਨਵੇਂ ਆ। 16 ਦੇ ਟਾਇਰਾਂ 'ਚ ਟਰੈਕਟਰ ਆ, MRF ਦੇ ਬੈਕ ਸਾਈਡ ਦੇ ਟਾਇਰ ਆ, ਅਤੇ ਰੰਗ ਰੋਗ ਨਾਲੋਂ ਵੀ ਪੂਰਾ ਹੀ ਸਾਫ਼ ਟਰੈਕਟਰ ਆ। 2009 ਮਾਡਲ ਦੀ ਡਿਮਾਂਡ 3,85। ਉਸਦੇ ਨਾਲ ਆ ਗਿਆ ਜੀ 50-50 GB, ਇਹ ਵੀ ਪਾਵਰ ਸਟੇਅਰਿੰਗ, ਇਹ 2017 ਮਾਡਲ ਆ, ਇਹਦੀ ਡਿਮਾਂਡ 5,95,000 ਰੁਪਈਆ। ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਆ, ਅਤੇ ਫਰੰਟ ਦੇ ਟਾਇਰ ਵੀ ਬਿਲਕੁਲ ਨਵੇਂ ਨੇ, ਅਤੇ ਰੰਗ ਰੋਗ ਨਾਲੋਂ ਵੀ ਪੂਰਾ ਹੀ ਸਾਫ਼ ਆ ਟਰੈਕਟਰ। JK ਦੇ ਟਾਇਰ ਆ, 14 ਦੇ ਟਾਇਰਾਂ 'ਚ ਟਰੈਕਟਰ ਆ ਜੀ। ਉਸਦੇ ਨਾਲ ਆ ਗਿਆ ਜੀ ਸਵਰਾਜ 855, ਰੰਗ ਰੋਗ ਦਾ ਟਰੈਕਟਰ ਵੀ ਪੂਰਾ ਹੀ ਸਾਫ਼ ਆ। ਪੰਜਾਬ ਨੰਬਰ ਆ, PB 29 ਲੋਕਲ ਮੋਗਾ ਹੀ ਹੈ ਜੀ। 2017 ਮਾਡਲ ਆ, 5,60,000 ਰੁਪਈਆ ਮਾਲਕਾਂ ਦੀ ਡਿਮਾਂਡ ਆ। ਪਾਵਰ ਸਟੇਅਰ ਨੇ ਵੀ ਟਰੈਕਟਰ ਜੀ, ਅਤੇ ਟਾਇਰ ਜਿਹੜੇ ਬਿਲਕੁਲ ਬੈਕ ਸਾਈਡ ਦੇ ਨਵੇਂ ਵਾਂਗੀ ਆ, BKT ਦੇ ਟਾਇਰ ਆ, 14 ਦੇ ਟਾਇਰਾਂ 'ਚ ਟਰੈਕਟਰ ਆ ਜੀ, ਬਿਲਕੁਲ ਸਾਫ਼। ਇੰਜਨ ਤੋਂ ਵੀ ਦੇਖ ਸਕਦੇ ਹਾਂ, ਕਿਤੋਂ ਵੀ ਲੀਕ ਵਗੈਰਾ ਨਹੀਂ ਗਾ। ਉਸਦੇ ਨਾਲ ਆ ਗਿਆ ਜੀ 60-60 ਫਾਰਮ, ਪਾਵਰ ਸਟੇਅਰਿੰਗ ਹੈ ਵੀ, ਰੰਗ ਰੋਗਨ ਤੁਸੀਂ ਦੇਖ ਸਕਦੇ ਹਾਂ ਮੂਹਰੇ ਸ਼ੋਅ ਤੋਂ ਜੋ ਫਰੰਟ ਵਾਲੇ ਸਟਾਕ ਜੇ ਪਏ ਆ, 16 ਦੇ ਟਾਇਰਾਂ 'ਚ, ਟਾਇਰਾਂ ਦੀ ਕੰਡੀਸ਼ਨ ਵੀ 55-60 ਪੈਸੇ ਕਹਿ ਸਕਦੇ ਹਾਂ। ਰੰਗ ਰੋਗਨ ਵੀਡੀਓ ਦੇਖ ਸਕਦੇ ਹਾਂ, 2012 ਮਾਡਲ ਆ, 4,05,000 ਰੁਪਈਆ ਮਾਲਕ ਦੀ ਡਿਮਾਂਡ ਆ। ਪੰਜਾਬ ਨੰਬਰ ਆ, PB 10 ਲੁਧਿਆਣਾ ਜੀ। ਉਸਦੇ ਨਾਲ ਆ ਗਿਆ ਜੀ 2013 ਮਾਡਲ, 3,65,000 ਰੁਪਈਆ ਡਿਮਾਂਡ ਆ। ਇਹ ਵੀ ਲੋਕਲ ਮੋਗਾ ਦਾ ਨੰਬਰ ਆ, PB 29, ਪਾਵਰ ਸਟੇਅਰਿੰਗ, ਅਤੇ ਟਾਇਰਾਂ ਦੀ ਕੰਡੀਸ਼ਨ ਜੀ ਬਿਲਕੁਲ ਸਾਫ਼ ਜੀ। ਉਸਦੇ ਨਾਲ ਆ ਗਿਆ ਜੀ ਮੈਸੀ 10-35, 12 ਦੇ ਟਾਇਰਾਂ 'ਚ, ਟਾਇਰਾਂ ਦੀ ਕੰਡੀਸ਼ਨ ਜੀ ਸਾਫ਼ ਪਈ ਆ, ਪੇਂਟ ਹੋਇਆ ਟਰੈਕਟਰ ਬਿਲਕੁਲ ਸਾਫ਼ ਕੰਡੀਸ਼ਨ ਦਾ ਟਰੈਕਟਰ। ਪੰਜਾਬ ਨੰਬਰ ਆ, 97 ਮਾਡਲ ਆ, 2,20,000 ਰੁਪਈਆ ਮਾਲਕ ਦੀ ਡਿਮਾਂਡ ਹੈ।
ਉਸਦੇ ਨਾਲ ਆ ਗਿਆ ਜੀ ਅਰਜਨ ਵਾਲਿਆਂ ਦਾ 605 ਰੰਗ ਰੋਗਨ ਦਾ ਟਰੱਕ ਬਿਲਕੁਲ ਹੀ ਸਾਫ਼ ਆ ਜੀ, ਚਾਰੇ ਟਾਇਰ ਬਿਲਕੁਲ ਨਵੇਂ ਆ, ਪਾਵਰ ਸਟੇਅਰਨ 2021 ਮਾਡਲ 6,50,000 ਰੁਪਈਆ ਡਿਮਾਂਡ ਆ ਜੀ। ਰੰਗ ਰੋਗਨ ਦੇਖੋ ਟਰੈਕਟਰ ਦਾ ਕਿੰਨਾ ਜ਼ਿਆਦਾ ਸਾਫ਼ ਆ ਜੀ। ਉਸਦੇ ਨਾਲ ਆ ਗਿਆ ਜੀ 6055 ਪੰਜਾਬ ਨੰਬਰ ਆ, 2015 ਮਾਡਲ ਆ, 4,95,000 ਰੁਪਈਆ ਡਿਮਾਂਡ ਆ ਜੀ। ਟਾਇਰ ਬਿਲਕੁਲ ਨਵੇਂ ਆ ਜੀ, ਚਾਰੇ ਟਾਇਰ ਹੀ ਬਿਲਕੁਲ ਨਵੇਂ ਆ, ਐੱਮ ਆਰ ਐਫ ਅਤੇ ਬੈਕ ਸਾਈਡ ਦੇ ਟਾਇਰ ਆ, 16 ਦੇ ਟਾਇਰਾਂ 'ਚ ਆ ਜੀ। ਅਤੇ ਰੰਗ ਰੋਗਨ ਦਾ ਵੀ ਟਰੈਕਟਰ ਬਿਲਕੁਲ ਸਾਫ਼ ਆ ਜੀ। ਉਸਦੇ ਨਾਲ ਆ ਗਿਆ ਜੀ ਸੋਨਾ ਲੇਕ ਵਾਲਿਆਂ ਦਾ 4x4 ਪਾਵਰ ਸਟੇਅਰਨ ਆ ਜੀ, 2021 ਮਾਡਲ ਆ, 10,80,000 ਰੁਪਈਆ ਡਿਮਾਂਡ ਆ ਜੀ। ਟਰੈਕਟਰ ਤੁਸੀਂ ਦੇਖ ਸਕਦੇ ਹੋ ਬੜਾ ਦੇਖਣ 'ਚ ਉੱਚਾ ਲੱਗਦਾ, ਐੱਮ ਆਰ ਐਫ ਦੇ ਟਾਇਰ ਆ, 16x30 ਦੇ ਟਾਇਰ ਆ ਜੀ ਇਹਦੇ, ਬਿਲਕੁਲ ਕੋਕਾ ਪੀਸ ਟਰੈਕਟਰ ਹੈ। ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਬਿਲਕੁਲ ਨਵੇਂ ਮਾਡਲ ਇਹਨਾਂ ਕੋਲ ਮੌਜੂਦ ਹੁੰਦੇ ਆ। ਉਸਦੇ ਨਾਲ ਆ ਗਿਆ ਜੀ ਅਰਜਨ 605, ਇਹ ਵੀ ਪਾਵਰ ਸਟੇਅਰਨ ਆ ਜੀ, ਮਾਡਲ ਇਹ ਵੀ 2020 ਹੈ ਜੀ, 6,35,000 ਰੁਪਈਆ ਡਿਮਾਂਡ ਆ। ਇਹ ਵੀ ਲੋਕਲ ਮੋਗਾ ਦਾ ਨੰਬਰ ਹੈ ਜੀ, ਅਤੇ ਟਾਇਰ ਵੀ ਬਿਲਕੁਲ ਚਾਰੇ ਨਵੇਂ ਆ ਜੀ। ਉਸਦੇ ਨਾਲ ਆ ਗਿਆ ਕਬੂਟਾ 2018 ਮਾਡਲ, 7,65,000 ਰੁਪਈਆ ਡਿਮਾਂਡ ਆ ਜੀ। 4x4 ਟਰੈਕਟਰ, ਰੰਗ ਰੋਗਨ ਤੁਸੀਂ ਦੇਖ ਸਕਦੇ ਹੋ, ਇਹ ਜਪਾਨ ਦੀ ਤਕਨੀਕ ਆ ਜੀ। ਐੱਮ ਆਰ ਐਫ ਦੇ ਟਾਇਰ ਆ, 16 ਦੇ ਟਾਇਰਾਂ 'ਚ, 2018 ਦੀ ਡਿਮਾਂਡ 7,65,000 ਆ ਜੀ। ਉਹਦੇ ਨਾਲ ਆ ਗਿਆ ਜੀ ਐਸ਼ਰ, ਇਹ ਵੀ ਪਾਵਰ ਸਟੇਅਰਨ 3 ਸਿਲੰਡਰ ਆ ਜੀ, 485 PV22 ਪੰਜਾਬ ਨੰਬਰ ਹੈ ਵੀ। ਜਿਸ ਦੇ ਟਾਇਰਾਂ ਦੀ ਗੱਲ ਕਰੀਏ, ਟਾਇਰ ਵੀ ਬਿਲਕੁਲ ਨਵੇਂ ਆ, 14 ਦੇ ਟਾਇਰਾਂ 'ਚ ਆ ਜੀ ਇਹ ਵੀ ਟਰੈਕਟਰ। ਉਸਦੇ ਨਾਲ ਆ ਗਿਆ ਜੀ ਸੋਨਾਲੀਕਾ 60RX, ਇਹ ਵੀ ਨਵੇਂ ਟਾਇਰਾਂ 'ਚ ਜੀ ਬਿਲਕੁਲ, ਅਤੇ ਰੰਗ ਰੋਗਨ ਵੱਲੋਂ ਵੀ ਬਿਲਕੁਲ ਕੋਕਾ ਪੀਸ ਆ ਜੀ। ਇੰਜਨ ਤੋਂ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਹੀ ਸਾਫ਼ ਆ, ਕਿਤੋਂ ਲੀਕ ਵਗੈਰਾ ਨਹੀਂ। ਜਿਸ ਦੇ ਮਾਡਲ ਦੀ ਗੱਲ ਕਰੀਏ 2022 ਆ, 7,35,000 ਰੁਪਈਆ ਮਾਲਕਾਂ ਦੀ ਡਿਮਾਂਡ ਆ ਜੀ, 2022 ਮਾਡਲ ਆ ਜੀ। ਉਸਦੇ ਨਾਲ ਫਿਰ ਆ ਗਈ ਇੱਕ ਕਬੂਟਾ ਐੱਮ ਆਰ ਐਫ ਦੇ ਟਾਇਰਾਂ 'ਚ ਆ ਜੀ, ਇਹ ਵੀ ਬਿਲਕੁਲ ਚਾਰੇ ਟਾਇਰ ਨਵੇਂ, 18 ਮਾਡਲ ਇਹ ਹੈ, 6,10,000 ਰੁਪਈਆ ਡਿਮਾਂਡ ਆ ਜੀ, ਪਾਵਰ ਸਟੇਅਰਨ ਆ ਜੀ, 5501 ਆ ਜੀ। ਉਹ 4x4 ਸੀ। ਇਸ ਦੇ ਨਾਲ ਆ ਗਈ ਅਰਜਨ ਨੋਵਾ 605, ਪਾਵਰ ਸਟੇਅਰਨ ਆ ਵੀ। ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਵੀਡੀਓ 'ਚ ਬਿਲਕੁਲ ਹੀ ਕੋਕਾ ਪੀਸ ਆ, 16 ਦੇ ਟਾਇਰਾਂ 'ਚ, 2020 ਮਾਡਲ ਆ ਜੀ, 7,35,000 ਰੁਪਈਆ ਮਾਲਕ ਦੀ ਡਿਮਾਂਡ ਆ ਜੀ। ਉਸਦੇ ਨਾਲ ਆ ਗਿਆ ਜੀ 5050D 2014 ਮਾਡਲ ਆ, 4,25,000 ਰੁਪਈਆ ਡਿਮਾਂਡ ਆ ਜੀ, ਅਤੇ ਪਾਵਰ ਸਟੇਅਰਨ ਆ 14 ਦੇ ਟਾਇਰਾਂ 'ਚ, ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆ ਜੀ। ਉਸਦੇ ਨਾਲ ਆ ਗਿਆ ਜੀ ਸੋਨਾਲੀਕਾ 2020 ਮਾਡਲ ਆ ਜੀ, ਬਿਲਕੁਲ ਨਵੇਂ ਟਾਇਰਾਂ 'ਚ ਆ ਜੀ, ਤੁਸੀਂ ਦੇਖ ਸਕਦੇ ਹੋ ਸ਼ੋ ਮਰੂਤੀ ਸ਼ੋਚ ਆ,
ਇਹਦੀ ਲੁੱਕ ਆਮ ਸੋਨਾਲੀਕਾ ਨੂੰ ਥੋੜ੍ਹੀ ਜਿਹੀ ਬਦਲੀ ਹੋਈ ਆ ਕੰਪਨੀ ਵੱਲੋਂ। 2020 ਮਾਡਲ ਦੀ ਡਿਮਾਂਡ 640 ਦੀ, ਅਤੇ ਟਾਇਰ ਬਿਲਕੁਲ ਨਵੇਂ ਆ। ਇਹ ਤੁਹਾਨੂੰ ਦੇਖ ਕੇ ਦੱਸ ਦਿੰਦੇ ਵੀ ਕਿੰਨੇ ਨੇ ਸਾਈਜ਼ ਦੇ ਟਾਇਰਾਂ 'ਚ। ਗੁਡੀਅਰ ਦੇ ਟਾਇਰ ਆ, 16 ਦੇ ਟਾਇਰਾਂ 'ਚ ਇਹ ਟਰੈਕਟਰ ਆ ਜੀ। ਬਿਲਕੁਲ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ। ਉਸ ਦੇ ਨਾਲ ਆ ਗਿਆ ਜੀ 2013 ਮਾਡਲ ਨਿਊ ਹੋਲੈਂਡ ਵਾਲਿਆਂ ਦਾ, ਇਹ ਵੀ ਪਾਵਰ ਹੈ। ਹਾਂਜੀ, ਅਤੇ ਪੰਜਾਬ ਨੰਬਰ ਆ PB05। ਚਾਰੇ ਟਾਇਰ ਬਿਲਕੁਲ ਨਵੇਂ ਆ ਇਸਦੇ। ਇਹ ਵੀ 16 ਦੇ ਟਾਇਰਾਂ 'ਚ, 16x30 ਦੇ ਟਾਇਰ ਆ ਜੀ। ਨਿਊ ਹੋਲੈਂਡ ਵਾਲਿਆਂ ਦਾ 6500 ਆ। 2013 ਮਾਡਲ ਦੀ ਡਿਮਾਂਡ ਤੁਹਾਨੂੰ ਦੱਸ ਦਿੰਦੇ ਹਾਂ, 5,00,000 ਅਤੇ 60,000 ਰੁਪਈਆ ਜੀ। ਪਾਵਰ ਸਟੇਅਰਿੰਗ ਆ ਜੀ ਇਹ ਵੀ ਟਰੈਕਟਰ। ਲਓ ਜੀ, ਉਸ ਦੇ ਨਾਲ ਆ ਗਿਆ 5410 ਜੋਂਡੀਅਰ ਵਾਲਿਆਂ ਦਾ, ਇਹ ਵੀ ਪਾਵਰ ਸਟੇਅਰਿੰਗ ਆ। 2009 ਮਾਡਲ ਆ, 6,80,000 ਰੁਪਈਆ ਡਿਮਾਂਡ ਆ ਜੀ। ਅਤੇ ਇਹ 18 ਦੇ ਟਾਇਰਾਂ 'ਚ ਆ ਜੀ, ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ। ਕਰੀਬ 5.5 ਫੁੱਟ ਤੋਂ ਵੀ ਉੱਪਰ ਦੀ ਇਹਦੀ ਹਾਈਟ ਬਣ ਜਾਂਦੀ ਹੈ। ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰੈਕਟਰ, ਰੰਗ ਰੋਗ ਨਾਲੋਂ ਵੀ ਬਿਲਕੁਲ ਖੂਬਾ ਪੀਸ ਆ। ਪੰਜਾਬ ਨੰਬਰ ਆ PB13। ਸੋ ਇਹ ਜਿਹੜੇ ਟਰੈਕਟਰ ਤੁਹਾਨੂੰ ਦਿਖਾਏ ਆ, ਇਹਨਾਂ ਦੇ ਮਾਲਕ ਦਾ ਨੰਬਰ ਤੁਹਾਡੇ ਨਾਲ ਆਪਾਂ ਕਰ ਦਿੰਦੇ ਹਾਂ ਸ਼ੇਅਰ। ਕਿਸੇ ਵੀ ਬਾਈ ਨੂੰ ਕੋਈ ਵੀ ਟਰੈਕਟਰ ਦੀ ਜ਼ਰੂਰਤ ਹੋਵੇ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ 2022 ਮਾਡਲ ਤੱਕ ਖੜ੍ਹੇ ਆ, ਕੁਝ ਦਿਨਾਂ ਤੱਕ ਇੱਥੇ 23 ਵੀ ਪਹੁੰਚ ਜਾਣਗੇ, ਅਤੇ ਤੁਸੀਂ ਖਰੀਦ ਸਕਦੇ ਹੋ। ਉਹਨਾਂ ਦਾ ਨੰਬਰ ਜਿਹੜਾ ਮਾਲਕਾਂ ਦਾ, ਮਸਤਾਨ ਸਿੰਘ, 98141411, ਇੱਕ ਬਾਈ ਤਜਿੰਦਰ ਸਿੰਘ ਰਾਜੂ, 98141338413। ਕਿਸੇ ਵੀ ਬਾਈ ਨੇ ਇਹਨਾਂ ਸਾਰੇ ਟਰੈਕਟਰਾਂ 'ਚੋਂ ਕੋਈ ਵੀ ਟਰੈਕਟਰ ਖਰੀਦਣਾ ਹੋਵੇ ਤਾਂ ਤੁਸੀਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਹੋ। 2 ਟਰੈਕਟਰ ਬਾਹਰ ਵੀ ਖੜ੍ਹੇ ਇਹਨਾਂ ਦੇ, ਉਹ ਵੀ ਤੁਹਾਨੂੰ ਦਿਖਾ ਦਿੰਦੇ। ਲਓ ਜੀ, ਇਹਨੇ ਜੋ ਬਾਹਰ ਖੜ੍ਹੇ ਸੀ ਟਰੈਕਟਰ ਤੁਹਾਨੂੰ ਬੋਲਿਆ, ਜੌਂਡੀਅਰ 5405, 16x30 ਦੇ ਟਾਇਰਾਂ 'ਚ, ਰੰਗ ਰੋਗ ਨਾਲੋਂ ਬਿਲਕੁਲ ਕੋਕਾ ਪੀਸ ਆ, ਅਤੇ ਟਾਇਰ ਵੀ ਬਿਲਕੁਲ ਨਵੇਂ ਆ। ਪਾਵਰ ਸਟੇਅਰਿੰਗ ਮਾਡਲ 2020 ਆ। 7,90,000 ਰੁਪਈਆ ਮਾਲਕ ਦੀ ਡਿਮਾਂਡ ਆ ਜੀ। ਉਸ ਦੇ ਨਾਲ ਆ ਗਿਆ ਜੀ 5310, ਇਹ 2011 ਮਾਡਲ ਆ ਜੀ। ਇਹ ਜਿਹੜਾ ਆਪਾਂ ਕਹਿ ਦਿੰਦੇ ਸੀ ਬਲੈਕ ਥੱਲੇ ਬੋਡੀ ਵਾਲਾ, ਬਲੈਕ ਢਿੱਡ 'ਚ ਬੋਲ ਦਿੰਦੇ ਆ ਜਿਹਨੂੰ ਪੰਜਾਬੀ 'ਚ ਆਪਣੇ, 4,60,000 ਰੁਪਈਆ ਡਿਮਾਂਡ ਆ। ਇਹ ਵੀ ਪੰਜਾਬ ਨੰਬਰ ਆ PB23, ਅਤੇ ਰੰਗ ਰੋਗਨ ਦਾ ਵੀ ਟਰੈਕਟਰ ਪੂਰਾ ਹੀ ਸਾਫ਼ ਆ। ਪਾਵਰ ਸਟੇਅਰਿੰਗ ਆ, ਅਤੇ 16 ਦੇ ਟਾਇਰਾਂ 'ਚ ਆ, ਟਾਇਰਾਂ ਦੀ ਕੰਡੀਸ਼ਨ ਜੋ ਬਿਲਕੁਲ ਨਵੀਂ ਹੈ ਜੀ। ਸੋ ਦੋਸਤੋ, ਇਹ ਜਿੰਨੇ ਵੀ ਟਰੈਕਟਰ ਤੁਹਾਨੂੰ ਆਪਾਂ ਦਿਖਾਏ ਆ, ਇਹ ਕਰਨੈਲ ਟਰੈਕਟਰ ਵਾਲਿਆਂ ਦੇ ਆ। ਕਿਸੇ ਵੀ ਬਾਈ ਨੂੰ ਕੋਈ ਵੀ ਟਰੈਕਟਰ ਦੀ ਜ਼ਰੂਰਤ ਹੋਵੇ, ਦੇਖ ਕੇ ਵੀਡੀਓ 'ਚ ਤੁਸੀਂ ਬਾਈ ਜੀ ਦਾ ਨੰਬਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਤਾ, ਤਾਂ ਸੰਪਰਕ ਕਰ ਸਕਦੇ ਹਾਂ। ਸੋ ਵੀਡੀਓ ਵੇਖਣ ਲਈ ਧੰਨਵਾਦ।